ਆ ਚਟਾਲੇ ਵਾਲੇ ਜਿਹੜੇ ਹਰਿਆਣੇ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਸੁੱਖਾ ਸੁੱਖ ਸੁੱਖ ਕੇ ਮਾਰੇ ਐ ਤਾਨਾਸ਼ਾਹੀ ਖਤਮ ਕੀਤੀ ਇਹਨਾਂ ਦੀ ਉਹ ਅੱਜ ਵੀ ਇਹਨਾਂ ਨੂੰ ਦੁਬਾਰੇ ਪੈਦਾ ਕਰਨਾ ਚਾਹੁੰਦਾ ਹਰਿਆਣੇ 'ਚ ਇਹਨਾਂ ਦੇ ਫਾਰਮ ਤੇ ਕੀ ਲੈਣ ਜਾਂਦਾ ਵੀ ਆਂਡੇ ਰੱਖੇ ਐ ਤਾਂ ਜਿੱਦੇ 11 ਤਰੀਕ ਨੂੰ ਇਹਨਾਂ ਨੇ ਉਹ ਕੀਤਾ ਉਹਨਾਂ ਨੇ ਉਹ ਜਨਤਾ ਭਵਨ 'ਚੋਂ ਬਦਲ ਕੇ ਮੀਟਿੰਗ ਜਿਹੜੀ ਹੈ ਯੂਨੀਵਰਸਿਟੀ 'ਚ ਰੱਖਤੀ ਇਹ ਸਾਰਾ ਜਿਹੜਾ ਕੁਛ ਹੈ ਨਾ ਇਹ ਗਿਣਿਆ ਮਿਥਿਆ ਸੀ ਜਿਹੜਾ ਵੀ ਪੱਥਰਬਾਜ਼ੀ ਹੋਈ ਜੋ ਕੁਛ ਵੀ ਸਾਰਾ ਗਿਣਿਆ ਮਿਥਿਆ ਵੈਲ ਪਲੈਨਡ ਹੈ ਅੱਜ ਤੋਂ ਨਹੀਂ ਵੈਲ ਪਲੈਨਡ ਜੀ ਇਹ 6 ਅਕਤੂਬਰ 2020 ਤੋਂ ਪਹਿਲਾਂ ਦਾ ਪਲਾਨ ਹੈ ਤੁਸੀਂ ਯਾਦ ਕਰੋ ਪਿੱਛੇ ਥੋੜ੍ਹਾ ਨਿਗਾਹ ਮਾਰੋ ਉਦੋਂ ਵੀ ਮੈਨੂੰ ਬਹੁਤ ਲੋਕਾਂ ਦੀਆਂ ਗਾਲਾਂ ਸੁਣਨ ਨੂੰ ਮਿਲੀਆਂ ਕਿਉਂਕਿ ਮੈਨੂੰ ਆਦਤ ਪੈ ਰਹੀ ਹੈ ਕਈ ਵਾਰੀ ਸੁਣਨੀਆਂ ਪੈਂਦੀਆਂ ਗੱਲ ਜੇ ਸਹੀ ਕਹੀ ਤਾਂ ਸੁਣਨੀਆਂ ਵੀ ਪੈਂਦੀਆਂ ਉਦੋਂ ਇੱਥੇ ਜੋਗਿੰਦਰ ਯਾਦਵ ਹੋਰੀ ਤੇ ਸਾਰੇ ਇੱਥੇ ਆਏ ਸੀ ਯਾਦ ਹੈ ਉਸ ਤੋਂ ਇੱਕ ਦਿਨ ਪਹਿਲਾਂ ਮੈਂ ਪਾਤੀ ਸੀ ਵੀ ਇੱਥੇ ਜੋਗਿੰਦਰ ਯਾਦਵ ਕੀ ਲੈਣ ਆ ਰਿਹਾ ਜੇ ਉਹ ਲੀਡਰ ਹੈ ਗੁੜਗਾਵਾਂ ਤੋਂ ਇਲੈਕਸ਼ਨ ਲੜਿਆ ਐਮ ਪੀ ਦਾ ਉੱਥੇ ਬੈਠਾ ਕੇਂਦਰ ਦਾ ਮੰਤਰੀ ਬੈਠਾ ਰਾਵਿੰਦਰਜੀਤ ਉਹਦੇ ਖਿਲਾਫ ਉੱਥੇ ਧਰਨਾ ਕਿਉਂ ਨਹੀਂ ਲਾਉਂਦਾ ਡਿਪਟੀ ਸੀ ਐਮ ਦੇ ਸਾਹਮਣੇ ਧਰਨਾ ਲਾਉਣ ਦਾ ਕੀ ਮਤਲਬ ਹੈ ਸਰਕਾਰ ਦਾ ਹਰਿਆਣਾ ਸਰਕਾਰ ਦਾ ਵਿਰੋਧ ਕਰਨਾ ਹੈ ਤਾਂ ਉੱਥੇ ਜਾਓ ਚੰਡੀਗੜ੍ਹ ਇਹ ਕੀ ਸੀ ਫਿਰ ਉਸ ਮੰਚ ਦੇ ਉੱਤੇ ਜੋਗਿੰਦਰ ਯਾਦਵ ਦੀ ਪਾਰਟੀ ਦੇ ਸਵਰਾਜ ਇੰਡੀਆ ਦੇ ਝੰਡੇ ਲਹਿਰਾਏ ਗਏ ਮੈਂ ਝੂਠ ਬੋਲ ਰਿਹਾ ਗੇ ਫਿਰ ਉੱਥੇ ਬੀ ਐਮ ਸਿੰਘ ਵਰਗੇ ਲੀਡਰ ਜਿਨ੍ਹਾਂ ਨੇ ਕਿਸਾਨਾਂ ਵਾਸਤੇ ਬਹੁਤ ਕੁਛ ਕੀਤਾ ਚਾਹੇ ਉਹ ਅੱਜ ਹਾਸ਼ੀਏ 'ਤੇ ਹੋਣ ਅੱਡ ਗੱਲ ਹੈ ਕਿਸੇ ਦੀ ਦੇਣ ਭੁੱਲੀ ਨਹੀਂ ਜਾ ਸਕਦੀ ਉਹਨਾਂ ਲੋਕਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਗੁਰਨਾਮ ਸਿੰਘ ਚੜੂਣੀ ਨੂੰ ਵੀ ਬੜੀ ਮੁਸ਼ਕਲ ਨਾਲ ਥੋੜ੍ਹੀ ਦੇਰ ਲਈ ਬੋਲਣ ਦਿੱਤਾ ਗਿਆ ਉਸ ਮੀਟਿੰਗ 'ਚ ਤੁਹਾਡੇ ਯਾਦ ਹੋਵੇ ਔਰ ਉੱਥੇ ਕਿਹਨੂੰ ਪ੍ਰੋਜੈਕਟ ਕੀਤਾ ਗਿਆ ਐਸੇ ਪੀਲੀ ਪੱਗ ਵਾਲੇ ਨੂੰ ਔਰ ਉਹਦੇ ਬੰਦੇ ਅਰੈਸਟ ਹੋਏ ਇਹਨਾਂ ਬੰਦਿਆਂ ਨੂੰ ਛੁਡਾਇਆ ਕਿਹਨੇ ਥਾਣੇ 'ਚੋਂ ਛੁਡਾਉਣ ਵਾਸਤੇ ਰਾਜਸਥਾਨ ਵਾਲਾ ਵਿਧਾਇਕ ਹੈ ਬਲਵਾਨ ਪੂਣੀਆ ਜਿਹੜਾ ਇਹਨਾਂ ਦਾ ਚਟਾਲੇ ਵਾਲਿਆਂ ਦਾ ਰਿਸ਼ਤੇਦਾਰ ਵੀ ਹੈ ਅੱਗੇ ਪਿੱਛੇ ਉਹ ਵੀ ਹੈ ਇਹਨਾਂ ਦੇ ਹਰ ਇਲੈਕਸ਼ਨ 'ਚ ਇਹਨਾਂ ਦੀ ਮਦਦ ਵੀ ਕਰਨ ਆਉਂਦਾ ਰਾਣੀਆਂ ਵੀ ਰਣਜੀਤ ਸਿੰਘ ਦੀ ਮਦਦ ਕਰਕੇ ਗਿਆ ਬਾਹਰ ਜਿਹੜੇ ਦੁਸ਼ਯੰਤ ਦੀ ਮਾਂ ਦੀ ਮਦਦ ਕਰਕੇ ਆਇਆ ਉਹ ਬੰਦਾ ਇਹਨਾਂ ਨੂੰ ਛੁਡਾ ਕੇ ਲੈ ਜਾਂਦਾ ਇੱਥੇ ਕਿਉਂ ਧਰਨਾ ਲਵਾਇਆ ਗਿਆ ਸਾਰਾ ਕੁਛ ਕਿਉਂ ਕਰਾਇਆ ਗਿਆ ਸੀ ਇੱਥੇ ਲੀਡਰ ਪ੍ਰੋਜੈਕਟ ਕਰਨੇ ਸੀ ਪ੍ਰਸ਼ਾਸਨ ਦਾ ਸਟੇਟ ਦਾ ਇੱਕ ਕੰਮ ਹੁੰਦਾ ਆਪਦੇ ਏਜੰਟ ਜਿਹੜੇ ਹੈ ਉਹਨਾਂ ਨੂੰ ਲੋਕਾਂ ਦਾ ਲੀਡਰ ਬਣਾ ਕੇ ਪ੍ਰੋਜੈਕਟ ਕਰ ਦਿਓ ਕਿਉਂਕਿ ਆਪਦੇ ਏਜੰਟਾਂ ਦੀਆਂ ਜਿਹੜੀਆਂ ਕਮੀਆਂ ਨੇ ਰਾਕਸ਼ਸ ਦੀ ਜਾਨ ਪਿੰਜਰੇ ਦੇ ਤੋਤੇ 'ਚ ਹੁੰਦੀ ਹੈ ਅਤੇ ਤੋਤੇ ਦੀ ਧੌਣ ਪ੍ਰਸ਼ਾਸਨ ਦੇ ਹੱਥ 'ਚ ਹੁੰਦੀ ਹੈ ਜਦੋਂ ਮਰਜ਼ੀ ਮਰੋੜ ਲਓ ਮਰਜ਼ੀ ਉਹ ਰਾਕਸ਼ਸ ਜਿਹਨੂੰ ਤੁਸੀਂ ਪੈਦਾ ਕੀਤਾ ਹੋਵੇ ਅਤੇ ਜਿਹੜਾ ਲੋਕਾਂ ਨੇ ਰਾਕਸ਼ਸ ਪੈਦਾ ਕੀਤਾ ਨਾ ਜੀ ਉਹ ਨਹੀਂ ਮਰ ਸਕਦਾ ਇਹ ਤੁਹਾਡੇ 'ਚ ਪੈਦਾ ਕੀਤੇ ਜਾਂਦੇ ਇਸ ਤਰ੍ਹਾਂ ਦੇ ਏਜੰਟ ਲੀਡਰ ਬਣਾ ਕੇ ਪੈਦਾ ਕੀਤੇ ਜਾਂਦੇ ਤੁਸੀਂ ਨਹੀਂ ਸਮਝ ਲੈਣਾ ਮੈਂ ਉਸ ਵੇਲੇ ਵਿਰੋਧ ਕੀਤਾ ਫਿਰ ਇਹਨਾਂ ਨੇ ਪੈਦਾ ਕਰਨ ਤੋਂ ਬਾਅਦ ਇੱਥੇ ਮੈਂ ਉਸ ਤੋਂ ਬਾਅਦ ਇਹਨਾਂ ਦੇ ਚੰਦੇ ਬਾਰੇ ਹੋਰ ਬਾਰੇ ਬਹੁਤ ਕੁਛ ਲਿਖਿਆ ਵਾ ਫੇਸਬੁੱਕ 'ਤੇ ਲੋਕਾਂ ਨੇ ਸਮਝ ਵੀ ਆਈ ਔਰ ਲੋਕਾਂ ਨੇ ਇਹਨੂੰ ਜ਼ੀਰੋ ਵੀ ਕਰਤਾ ਇਹਨਾਂ ਨੂੰ ਦੁਤਕਾਰ ਵੀ ਦਿੱਤਾ ਫਿਰ ਇਹ ਇਹਨਾਂ ਦੇ ਇੱਥੋਂ ਪੱਕੇ ਮੋਰਚੇ ਤੋਂ ਕੁਛ ਬੰਦੇ ਬਾਹਰ 'ਚ ਵੀ ਗਏ ਕਚਹਿਰੀ 'ਚ ਕਹਿਣ ਵਾਸਤੇ ਵੀ ਤੁਹਾਡਾ ਪ੍ਰਧਾਨ ਐਂ ਬੋਲਦਾ ਉੱਥੋਂ ਵਕੀਲਾਂ ਦੇ ਮੈਨੂੰ ਫੋਨ ਵੀ ਆਇਆ ਕਿਉਂਕਿ ਮੈਂ ਬਾਹਰ ਸੀ ਮੈਂ ਉਹਨਾਂ ਨੂੰ ਕਿਹਾ ਵੀ ਕਚਹਿਰੀ ਦਾ ਮਸਲਾ ਨਹੀਂ ਕਚਹਿਰੀ ਦਾ ਮਸਲਾ ਹੈ ਤਾਂ ਕਚਹਿਰੀ 'ਚ ਗੱਲ ਕਰੋ ਬਾਹਰ ਦਾ ਮਸਲਾ ਤਾਂ ਬਾਹਰ ਗੱਲ ਕਰਾਂ ਆ ਸਾਡੇ ਭਰਾ ਬੈਠੇ ਆ ਵੱਡੇ ਇਹਨਾਂ ਨੇ ਵੀ ਮੈਨੂੰ ਕਿਹਾ ਕਿ ਤੂੰ ਨਾ ਬੋਲਿਆ ਕਰ ਯਾਰ ਇਹਨਾਂ ਦੇ ਖਿਲਾਫ਼ ਮੈਂ ਬਾਈ ਜੀ ਮੈਂ ਤਾਂ ਜਿਹੜੀ ਗੱਲ ਆ ਗੱਲ ਤਾਂ ਗੱਲ ਕਹੂੰਗਾ ਨਹੀਂ ਜਾਇਜ਼ ਆ ਗੱਲ ਥੋੜ੍ਹੀ ਮੈਂ ਵੈਸੇ ਕਹਿ ਰਿਹਾ ਕਿਉਂਕਿ ਕਿਉਂ ਮੈਨੂੰ ਰੋਕ ਰਹੇ ਸੀ ਤੁਹਾਡੀਆਂ ਸਭ ਦੀਆਂ ਭਾਵਨਾਵਾਂ ਸੀ ਕਿ ਇਹ ਕਿਸਾਨ ਅੰਦੋਲਨ ਆ ਸਾਡਾ ਅੰਦੋਲਨ ਖਰਾਬ ਨਾ ਹੋਵੇ ਇਹ ਭਾਵਨਾ ਸੀ ਪਰ ਮਿੱਤਰੋ ਇੱਕ ਗੱਲ ਕਹਾਂ ਆਪਾਂ ਫਸਲ ਬੀਜਦੇ ਹਾਂ ਨਾ ਅਤੇ ਹੁਣ ਸਿਉਂਖ ਲੱਗ ਜੇ ਅਤੇ ਸਪਰੇਅ ਤਾਂ ਕਰਨੀ ਪਊਗੀ ਪਹਿਲਾਂ ਸਿਉਂਖ ਮਾਰੋ ਸਾਲੀ ਜੇ ਸਿਉਂਖ ਤੁਸੀਂ ਪਾਲੀ ਜਾਓਗੇ ਤਾਂ ਫਸਲ ਕਿੱਥੋਂ ਭਾਲਦੇ ਹੋ ਪਹਿਲਾਂ ਸਿਉਂਖ ਮਾਰੋ ਸਾਲੀ ਨੂੰ ਉਸ ਤੋਂ ਬਾਅਦ ਦੇਖਾਂਗੇ ਫਸਲ ਹੋਊ ਕਿ ਨਾ ਹੋਊ ਅਗਲੀ ਵਾਰੀ ਫਿਰ ਬੀਜ ਲਾਂਗੇ ਸਾਲੀ ਕੋਈ ਗੱਲ 6 ਮਹੀਨੇ ਕੋਈ ਦੂਰ ਨਹੀਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀ ਤਾਂ ਉਹ ਲੋਕਾਂ ਦੀਆਂ ਤੁਹਾਨੂੰ ਕਿੱਥੇ ਕੈਸ਼ ਕਰ ਤੁਹਾਨੂੰ ਸਿਰ ਇਹ ਕਹਿ ਕੇ ਕੈਸ਼ ਕਰਦੇ ਆ ਫਿਰ ਆਪਸ 'ਚ ਨਾ ਲੜੋ ਆਪਸ 'ਚ ਰਾਜਨੀਤੀ ਨਾ ਕਰੋ ਇਹ ਕਿਸਾਨ ਅੰਦੋਲਨ ਅਸਲ 'ਚ ਰਾਜਨੀਤੀ ਕੌਣ ਕਰਦਾ ਤੁਹਾਨੂੰ ਮੈਂ ਦੱਸਦਾ ਇਹ ਸਾਰੇ ਸਾਰੇ ਪ੍ਰੋਜੈਕਟ ਕੀਤੇ ਹੋਏ ਲੀਡਰ ਹੈ ਮਾਂ ਦੇ ਪੇਟ 'ਚੋਂ ਜਾਂ ਜਨਤਾ 'ਚੋਂ ਪੈਦਾ ਹੋਇਆ ਕੋਈ ਲੀਡਰ ਨਹੀਂ ਇਹਨਾਂ 'ਚੋਂ ਠੀਕ ਹੈ ਨਾ ਇੱਥੇ ਡੱਲੇਵਾਲ ਜੀ ਕੀ ਬੋਲ ਕੇ ਗਏ ਉਹ ਡੱਲੇਵਾਲ ਜੀ ਕਹਿੰਦੇ ਆ ਮੈਨੂੰ 11:30 ਉੱਥੇ ਪਤਾ ਲੱਗ ਗਿਆ ਫਿਰ ਡੱਲੇਵਾਲ ਜੀ ਨੂੰ ਇਹ ਕੀ ਪਤਾ ਵੀ ਜੱਜ ਨੇ ਹਾਲੇ ਔਡਰ ਕਰਨਾ ਹਾਲੇ 11:30 ਦਾ ਬੇਲ ਲੱਗੀ ਨਹੀਂ ਸੀ ਬੇਲ ਤਾਂ ਲੰਚ ਟਾਈਮ ਤੋਂ ਬਾਅਦ ਲੱਗਦੀ ਹੈ
तो उन्होंने की पता लगे जज ने की ऑर्डर करना है भाई, खारज भी हो सकती है, तो तू की लेना है इतने। मैं क्या किसी कोई जवाब इस गल का? दूजी उस तो अगली गल मैं होर दस दौ, बलदेव सिंह सरसा को तुम सारे ने कहा था बड़ा बापू कह के प्रोजेक्ट किया गया, मैं किसी बारे किचड़ नहीं उछालना चाहता, सबनों पता है कि कुछ है की नहीं। किस मुद्दे से बैठे जी भाई? इन्हें आख्या जी थोड़ा बहन ना बहने आख्या, तो किसी ने धक्के तो फट के नहीं बिठाया तुम्हें? किस मुद्दे से बैठे? ये परचा दर्ज होया और ये मुंडिया छड़ा भी है तो परचा कैंसल भी करवाना है इस मुद्दे से बैठे। परचा क्यों कैंसल दर्ज होया सी? यार असी जाके अंदोलन से भी बार राजेवाल जी ने यह गल की है, भी बार एक बार ही नहीं हजारों बार कि भाई जिदे अंदोलन हिंसक हो गया उदे थोड़ा अंदोलन फेल है तो सरकार कामयाब कही है कि नहीं कही? तो तुम इतने की दाने लैन जाने उ गले मार दें उन्होंने जाके क्यों मार दौ भी? और उस दिन सवेरे घूमन शाह चौंक च मैं प्रेस कॉन्फ्रेंस सदी सी, आ जी रोड बंद है, ये रोड बंद का मैं इशू उठाया सी, कुछ नौजवान मुंडे जिन्हें उत्तर परचा हूँ दर्ज होया है वो मुंडे उत्थे मेरे को सी, तो मैं उन्होंने सारा जो साडा हो गया तो मैं उन्होंने मुंडे कह लगे जी अभी उसे यूनिवर्सिटी जाने, मैं छोटे भीर ना जायो उ जाना नहीं बनता अपना, वो थोनू कि ना कि मरवा देने गंदे लीडर ने, नौजवान मुंडे है अज उन्होंने परचा दर्ज हो गया, किसी ने बाहर जाना, किसी ने पेपर देने, किसी ने कुछ देना, वो फिर हम डिबकते। तो यह सिर्फ गंदी राजनीति, इसलिए मैं हूँ आप कम के मुद्दे पर आने तो थोड़ी वो रह गई बलदेव सिंह वाली गल थोड़ी जी मैं कह दिया बैठा की सी, पहली गल तो साडा उत्थे हिंसा करना ही गलत सी, हिंसा हो गई कोई गल नहीं, असी उहदे प्रशासन नूं कहिंदे कोई गल नहीं साडे बच्चिआं ने कर ली कोई दिक्कत नहीं, इहनूं आपां तरीके नाल निपटाउणा, तुसीं इत्थे धरना ला के बह गए थोड़े कहिंदे बावजूद किसी ने छड्डिआ नहीं। मैं तो यह गल नूं मान लैणा कि प्रशासन ने जमा लिया के जेल चों चक के बंदे बाहर छड्डते, जायज़ नजायज़ सारे काम करके छड्डते, तो थोनू किने कहा भाई तू इतों उठते जाके जूस पीते चढ़ा साहब जाके तू सरोपा पवाला है, थोनू किने कहा चढ़ा साहब गुरुद्वारे जाके सरोपा पाने थोनू किने कहा? मैनू उहदा जवाब दे दिओ, तुसीं बहिंदे ना फिर इत्थे मरके दिखाउंदे बणदे दर्शन सिंह फेरू मान क्यों नहीं? यह सारी गिनी मिथी साजिश है, तो ये पिछे भी दस दिना सरसे जिले च बाकी पार्टियां नू खत्म करना, बाकी राजनीतिक लोगों को खत्म करना, इतने एक सिख चेहरे के तरफों आप एक एजेंट पैदा कर दौ, लोगों बाइफरकेट कर दौ, लोगों को वंड दौ आपस, इस करके उन्होंने बहाया गया सी, नहीं उन्हों का सरसे की है? सरसे है ही नहीं, वह अजनाले तो नहीं अमृतसर के कोल उन्हों का कोई सिस्टम है? बैठा सुरजीत सिंह रिश्तेदार है, उन्होंने कुछ की है? गलत बोल रहा सुरजीत जी मैं? अगली हम सुन लो, हम एक बच गया लीडर, वो बच गया रखे शिकायत, उन्होंने भी इतने दस दिना थोड़े चौंक खड़ा करके की है, वो सारा इतिहास सबू पता है, ठीक है नो डाउट वो इस अंदोलन देन है, मैं उसको मानता हाँ अंदोलन खत्म होया उस वजह खड़ा होया है, लेकिन वो इको एक सोच है कि आ चटाले वाले जेडे हरियाणे के लोगों ने बड़ी मुश्किल नाल सुखा सुख सुख के मारे है, तानाशाही खत्म की इन्हों की, तो अज भी इन्हों दुबारे पैदा करना चाहता है हरियाणे, इन्हों के फार्म से की लैन जाता जी? आंडे रखे है, आंडे रखे है कितने फार्म से? तो फिर चलो थोड़ा कोई रिश्ता है तो मिलन गए ना, फिर तुम आपके गाजीपुर बार्डर से इन्हों क्यों बुला रहे हो भी? जो अभी बाकी किसी राजनीतिक बंद बोलन नहीं दे रहे, इन्हों के पले ना एम एल ए ना एम पी ना मैंबर ना सरपंच ना नंबरदार कुछ भी नहीं रहा, सारी दुकान ही खाली है सड़ी, तो खाली दुकान से दुबारे पीपे धरन की कोशिश करते हो तुम, यही गल हुई ना? दसो भाई मेरी कोई गल कर सवाल पूछना तो भाई थोड़े कोई लीडर नहीं गए, ये जे तुम अंदोलन लड़ना लोगों ने तो आप लीडर बनो, लोगों चो लीडर क्ढो और बंदे परखो, किसी बंद मूहरे लाने ना पहले उसके दो गुआढ़ियों को पुछाया करो, वो असलियत गुआढ़ी दस दिया भी आ की है, उन्होंने पुछाया करो जा, इसलिए तुम हूँ इतने तय करो असी सरसे दे विच अंदोलन किवें चला, पहली गल अंदोलन च कोई हिंसा नहीं करनी कदे भी, थोनू किसी भी बड़े लीडर का मैसेज आ जाना किसी भी बड़े लीडर का भी फलाने लीडर का विरोध करना जाके क्या भाई असी नहीं करना, साड़ी उस लीडर ना दुश्मनी थोड़ा ही है, साड़ी तो विचारधारा ना दुश्मनी है, अजय दुशंत चार दिन आपके घरें आजूगा
साड़ी महस चाहता है कि वो सड़क बंद कर रखी है, सारी दुनिया दुखी है, सारा शहर दुखी है। रुको जी मैं दे रहा जवाब, सानू की फर्क पैंदा है, वह घरे आउंदा नहीं, आउंदा हुण भी आउंदा है, फिर थोड़े विरोध करने की फर्क पै गया भाई, नहीं रुकया दादा जे रुकया दादा दस दिओ थोड़े तो। कदे किसान नेतावां दा म्यूनसिपल कमेटी के इलैक्शन च जाण दा कोई पर्पज है? जाके विरोध किया कि नहीं किया इन्होंने म्यूनसिपल कमेटी के इलैक्शन का? डांगा पईआं कि नहीं पईआं उत्थे? क्यों लोगों के डांगा पाउणे हो भाई? आप तो तुसीं भज के किसी गड्डी च वड़ जाने हो तो कुटे लोग जाते हैं, थोनू पता हुंदा है भी अज्ज इत्थे परचा दर्ज होगा, तुसीं पहले ही आपदे आप नूं गिरफ्तार करा के अंदर भा दिंदे हो, परचे लोगों के दर्ज होंदे है, जदा कराओ ना आपदे ते यार, आपदे ते परचा दर्ज कराओ सब तो पहला, जाके आप जेल च बैठो, जे माँ का दुध पीता तो फिर स्वाद आता है। लोगों के डांगा पा के लोगों के परचे दर्ज करा के लीडर नहीं बनाया जाता, कभी कुरबानी आपदे तो शुरू कर दी पैंदी। मैं जी थोड़ा गल कहता सी, किसी भी वड्डे लीडर का फोन आजे कहीं असं किसी लीडर का विरोध नहीं करना, तुम चज का प्रोग्राम दो, असी सरकार को गोडिया के बल किमें लिया सकते हैं, वो असं आपका जी जान लाने तैयार हाँ, तुम पैसा एनर्जी गड्डिया जो भी कहोगे वो लाने तैयार हाँ, दो तो असी प्रोग्राम है, किसी लीडर को प्रोग्राम सिवाए विरोध के, अज आ सड़क बंद कर लो, अज आ शहर बंद कर लो, अज आ KMT बंद कर लो, अज आ कर लो, अज आ कर लो, 9 महीनों के कोई प्रोग्राम नहीं दे सकते।